इंसान काले अते गोरे क्यों हुंदे ने? ए एक अजिहा डड्डू है जिहड़ा कि हमेशा उदास ही रहिंदा है, पर क्यों? की तुहानूं पता है कि वह आइसबर्ग मिल गया है जिस दे नाल टकरा के टाइटैनिक जहाज डुब्बिया सी। की होवेगा जेकर एक शहद यानी कि हनी दे नाल भरे हुए पूल दे विच तुसीं डिग जाओ? अजिही रोचक तत जानने लई जुड़े रहो मेरे नाल। मैं तुहाडा हुण जसपी सिंह, तुसीं देख रहे हो जीरो टी। कि कदे अजिहा होवे कि तुसी साइकल नूं ऑर्डर करो ते साइकल दी जगह ते तुहाडे घरे टीवी आ जाए, तां फिर तुसी की करोगे? पर फिर तुहानूं पता लगे कि ओह कोई टीवी नहीं बल्कि साइकल ही है जिस नूं इक टीवी दे बक्से दे विच पैक कीता होया सी। असल दे विच इटली दे विच इक शिपिंग कंपनी ने अजिहा कीता है। इह शिपिंग कंपनी पहलां जदों किसे नूं साइकल भेजदी सी तां ओह एड्रैस दे उपर जांदा जांदा काफी ज्यादा डैमेज हो जांदा सी। इस समस्या नूं हल करन दे लई उहनां ने साइकल नूं फ्लैट टीवी दे इक बॉक्स दे विच पैक करके भेजणा शुरू कर दित्ता। ते तुसी यकीन करोगे कि उहनां दा इह तरीका कम्म कर गया ते उहनां दा साइकल डैमेज 80% तक घट हो गया। जापान दे विच इक अजिहा रेलवे स्टेशन है जिस ते ना तां कोई अंदर जाण दा रास्ता है ते ना ही स्टेशन तों बाहर आउण दा कोई रास्ता है। जेकर तुसीं इस स्टेशन दे उपर उतर जांदे हो तां तुसीं इक अजिही थां ते फस जांदे हो जिथे ना तां तुसीं बाहर जा सकदे हो ते ना ही उत्थों कोई अंदर आ सकदा है। तुहानूं अगली ट्रेन आउण तक उसे स्टेशन दे उपर रुक के इंतजार करना पवेगा। हुण इत्थे सवाल इह उठदा है कि अजिहे स्टेशन बणाउण दा आखिर फायदा की है? असल दे विच जापान दी सरकार दा इह स्टेशन बणाउण दा इक ही उद्देश सी कि लोकां नूं इह याद कराया जावे कि जिंदगी दे विच रुकणा वी बहुत जरूरी है ते सारा कुछ भुल के तुसीं कुछ टाइम रोक के अपने लिए भी समा कटो। ਇਹ ਉਹ ਆਈਸਬਰਗ ਦੀ ਫੋਟੋ ਹੈ ਜਿਸ ਦੇ ਨਾਲ ਟਕਰਾ ਕੇ ਟਾਈਟੈਨਿਕ ਜਹਾਜ਼ ਡੁੱਬਿਆ ਸੀ। ਇਹ ਫੋਟੋ 1912 ਦੇ ਵਿੱਚ ਡਬਲਯੂ ਵੁੱਡ ਨੇ ਲਈ ਸੀ। ਡਬਲਯੂ ਵੁੱਡ ਉਹ ਦੂਜੇ ਜਹਾਜ਼ ਦੇ ਕੈਪਟਨ ਸਨ ਜਿਹੜੇ ਕਿ ਟਾਈਟੈਨਿਕ ਜਹਾਜ਼ ਦੇ ਡੁੱਬਣ ਵਾਲੀ ਜਗ੍ਹਾ ਤੇ 40 ਘੰਟਿਆਂ ਬਾਅਦ ਪਹੁੰਚੇ ਸੀ। ਇਹ ਫੋਟੋ ਉਹਨਾਂ ਨੇ ਉਸ ਟਾਈਮ ਖਿੱਚੀ ਸੀ। ਇਹ ਆਈਸਬਰਗ ਅਟਲਾਂਟਿਕ ਓਸ਼ਨ ਦੇ ਵਿੱਚ ਹੈ ਜਿਸ ਦੇ ਉੱਪਰ ਕਾਲੇ ਅਤੇ ਲਾਲ ਰੰਗ ਦੇ ਨਿਸ਼ਾਨ ਲੱਗੇ ਹੋਏ ਨੇ। ਸਾਨੂੰ ਬਚਪਨ ਤੋਂ ਹੀ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਅਸੀਂ ਕਿਸੇ ਨਾਲ ਜਿਸ ਤਰ੍ਹਾਂ ਦਾ ਵਿਹਾਰ ਯਾਨੀ ਕਿ ਵਤੀਰਾ ਕਰਾਂਗੇ ਉਹ ਵੀ ਸਾਡੇ ਨਾਲ ਉਸੇ ਤਰ੍ਹਾਂ ਦਾ ਵਿਹਾਰ ਕਰੇਗਾ। ਜੇਕਰ ਸਾਈਕੋਲੋਜਿਸਟ ਦੀ ਮੰਨੀਏ ਤਾਂ ਇਹ ਪੋਸੀਬਲ ਯਾਨੀ ਕਿ ਸਹੀ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਹਰ ਕਿਸੇ ਦਾ ਦਿਮਾਗ ਇੱਕੋ ਜਿਹਾ ਨਹੀਂ ਹੁੰਦਾ। ਤੁਸੀਂ ਕਿਸੇ ਦੀ ਮਦਦ ਕਰੋਗੇ ਇਹ ਜ਼ਰੂਰੀ ਨਹੀਂ ਕਿ ਉਹ ਵੀ ਤੁਹਾਡੀ ਮਦਦ ਕਰੇਗਾ, ਪਰ ਇਸ ਕਾਰਨ ਕਰਕੇ ਤੁਸੀਂ ਕਿਸੇ ਦੀ ਮਦਦ ਕਰਨੀ ਬਿਲਕੁਲ ਵੀ ਨਾ ਛੱਡਿਓ। ਜੇਕਰ ਤੁਹਾਨੂੰ ਆਪਣੇ ਤੋਂ ਜ਼ਿਆਦਾ ਕਿਸੇ ਤਾਕਤਵਰ ਜੀਵ ਦੇ ਨਾਲ ਲੜਨਾ ਪਵੇ ਤਾਂ ਤੁਹਾਡੇ ਕੋਲ ਤਾਕਤ ਦੀ ਨਹੀਂ ਬਲਕਿ ਹਿੰਮਤ ਦੀ ਜ਼ਰੂਰਤ ਹੋਣੀ ਚਾਹੀਦੀ ਹੈ। ਆਸਟ੍ਰੇਲੀਆ ਦੇ ਵਿੱਚ ਇੱਕ ਪੈਗ ਨੇ ਇੱਕ ਕਾਰ ਦੇ ਵਿੱਚ 18 ਬੀਅਰ ਦੇ ਬੋਤਲ ਪੀ ਲਏ ਤੇ ਇੰਨੀਆਂ ਬੀਅਰਾਂ ਪੀਣ ਤੋਂ ਬਾਅਦ ਇਹ ਸੂਰ ਗਾਂ ਦੇ ਨਾਲ ਲੜਨ ਲੱਗ ਗਿਆ। ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਉਸ ਦੇ ਵਿੱਚ ਇਹ ਹਿੰਮਤ ਕਿੱਥੋਂ ਆਈ। ਇਹ ਇੱਕ ਬਹੁਤ ਹੀ ਵਧੀਆ ਤੇ ਇੰਟਰਸਟਿੰਗ ਫੈਕਟ ਹੈ ਕਿ ਜੇਕਰ ਕੋਈ ਇਨਸਾਨ ਗੁੱਸੇ ਦੇ ਵਿੱਚ ਤੁਹਾਨੂੰ ਕੁਝ ਗੱਲਾਂ ਕਹਿ ਰਿਹਾ ਹੈ ਤਾਂ ਉਸ ਦੀਆਂ ਸਾਰੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਯਾਦ ਰੱਖੋ ਕਿਉਂਕਿ ਲੋਕ ਜ਼ਿਆਦਾਤਰ ਗੁੱਸੇ ਦੇ ਵਿੱਚ ਸੱਚ ਬੋਲਦੇ ਨੇ। ਜੇਕਰ ਤੁਸੀਂ ਇੱਕ ਬੰਦ ਕਮਰੇ ਦੇ ਵਿੱਚ ਬਹੁਤ ਘੱਟ ਰੋਸ਼ਨੀ ਦੇ ਵਿੱਚ ਆਪਣੇ ਆਪ ਨੂੰ 10 ਮਿੰਟ ਤੱਕ ਸ਼ੀਸ਼ੇ ਦੇ ਵਿੱਚ ਦੇਖੋ ਤੇ 10 ਮਿੰਟਾਂ ਬਾਅਦ ਤੁਹਾਡੀ ਸ਼ੀਸ਼ੇ ਦੇ ਵਿੱਚ ਫੋਟੋ ਤੁਹਾਨੂੰ ਕੁਝ ਡਰਾਵਣੀ ਦਿਸਣ ਲੱਗੇਗੀ, ਮਤਲਬ ਕਿ 10 ਮਿੰਟ ਬਾਅਦ ਤੁਹਾਨੂੰ ਖੁਦ ਆਪਣੀ ਸ਼ਕਲ ਵੀ ਡਰਾਵਣੀ ਲੱਗਣ ਲੱਗੇਗੀ। ਸਾਈਕੋਲੋਜਿਸਟ ਦੱਸਦੇ ਨੇ ਕਿ ਲਗਾਤਾਰ ਸਾਡਾ ਦਿਮਾਗ ਇੱਕ ਹੀ ਤਰ੍ਹਾਂ ਦੀ ਫੋਟੋ ਦੇਖ ਕੇ ਬੋਰ ਹੋ ਜਾਂਦਾ ਹੈ ਤਾਂ ਉਹ ਇਸ ਦੇ ਵਿੱਚ ਆਪਣੇ ਆਪ ਕੋ ਚੇਂਜਿਸ ਯਾਨੀ ਕਿ ਬਦਲਾਅ ਕਰਨੇ ਸ਼ੁਰੂ ਕਰ ਦਿੰਦਾ ਹੈ। ਅਫਰੀਕਾ ਦੇ ਵਿੱਚ ਇਹ ਇੱਕ ਖਾਸ ਤਰ੍ਹਾਂ ਦਾ ਡੱਡੂ ਹੈ ਜਿਸ ਨੂੰ ਕਿ ਅਫਰੀਕਨ ਰੇਨ ਫਰੋਗ ਕਿਹਾ ਜਾਂਦਾ ਹੈ। ਇਹ ਡੱਡੂ ਦੀ ਇੱਕ ਖਾਸ ਗੱਲ ਇਹ ਹੈ ਕਿ ਇਹ ਹਮੇਸ਼ਾ ਉਦਾਸ ਹੀ ਰਹਿੰਦਾ ਹੈ, ਜਾਂ ਕਹੀਏ ਕਿ ਇਸ ਦੀ ਸ਼ਕਲ ਹੀ ਅਜਿਹੀ ਹੈ ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਕਾਫੀ ਉਦਾਸ ਹੈ। ਜਦੋਂ ਤੋਂ ਕੋਰੋਨਾ ਨੇ ਇਸ ਦੁਨੀਆ ਦੇ ਵਿੱਚ ਪੈਰ ਰੱਖਿਆ ਹੈ ਕਈ ਕੰਪਨੀਆਂ ਦੀ ਮਾਰਕੀਟ ਵੈਲਿਊ ਬਹੁਤ ਜ਼ਿਆਦਾ ਘੱਟ ਗਈ ਹੈ, ਪਰ ਇਸ ਮਾਹੌਲ ਦੇ ਵਿੱਚ ਬਿਟਕੋਇਨ ਅਤੇ ਡਿਜੀ ਕੋਇਨ ਵਰਗੀਆਂ ਕ੍ਰਿਪਟੋ ਕਰੰਸੀਆਂ ਨੇ ਤਹਿਲਕਾ ਮਚਾ ਦਿੱਤਾ ਹੈ ਜਿਨ੍ਹਾਂ ਦੀ ਮਾਰਕੀਟ ਵੈਲਿਊ ਹਰ ਦਿਨ ਵੱਧ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਡਿਜੀ ਕੋਇਨ ਨੂੰ ਬਿੱਲੀ ਮਾਰਕਸ ਨੇ ਮਜ਼ਾਕ ਮਜ਼ਾਕ ਦੇ ਵਿੱਚ ਬਣਾਇਆ ਸੀ ਤੇ 2015 ਦੇ ਵਿੱਚ ਇਹਨਾਂ ਨੇ ਆਪਣੇ ਸਾਰੇ ਡਿਜੀ ਕੋਇਨ ਨੂੰ ਵੇਚ ਕੇ ਇੱਕ ਹੋਂਡਾ ਸਿਵਿਕ ਕਾਰ ਖਰੀਦ ਲਈ, ਪਰ ਅੱਜ ਡਿਜੀ ਕੋਇਨ ਦੀ ਮਾਰਕੀਟ ਵੈਲਿਊ ਸਾਰੀ ਹੋਂਡਾ ਕੰਪਨੀ ਤੋਂ ਵੀ ਕਿਤੇ ਜ਼ਿਆਦਾ ਹੈ। ਅੱਜ ਬਿੱਲੀ ਮਾਰਕਸ ਨੂੰ ਖੁਸ਼ੀ ਅਤੇ ਗਮ ਦੋਨਾਂ ਦਾ ਅਹਿਸਾਸ ਇੱਕੋ ਟਾਈਮ ਹੋ ਰਿਹਾ ਹੋਵੇਗਾ। ਹਾਊਸ ਕਰੈਬ ਇੱਕ ਅਜਿਹਾ ਕਰੈਬ ਹੈ ਜਿਸ ਦੀ ਬੋਡੀ ਘੋੜੇ ਦੇ ਪੈਰ ਵਰਗੀ ਹੁੰਦੀ ਹੈ। ਇਸ ਦਾ ਖੂਨ ਲਾਈਟ ਬਲੂ ਕਲਰ ਦਾ ਹੁੰਦਾ ਹੈ ਜਿਸ ਦੀ ਕੀਮਤ ਲਗਭਗ $44 ਲੱਖ ਪਰ ਗੈਲਨ ਹੈ। ਇਸ ਦੇ ਖੂਨ ਦੇ ਵਿੱਚ ਕਈ ਅਜਿਹੇ ਬੈਕਟੀਰੀਆ ਹੁੰਦੇ ਨੇ ਜਿਸ ਦੀ ਮਦਦ ਦੇ ਨਾਲ ਇਨਸਾਨ ਨੂੰ ਹੋਣ ਵਾਲੀਆਂ ਬਹੁਤ ਘਾਤਕ ਬਿਮਾਰੀਆਂ ਦੀ ਦਵਾਈ ਬਣਾਈ ਜਾਂਦੀ ਹੈ। ਕੀ ਤੁਸੀਂ ਜਾਣਦੇ ਹੋ ਇਹ ਦੋਵੇਂ ਫੋਟੋਆਂ ਰਸ਼ੀਆ ਦੇ ਵਿੱਚ ਅਲੱਗ ਅਲੱਗ ਥਾਵਾਂ ਤੋਂ ਲਈਆਂ ਗਈਆਂ ਨੇ? ਜੇਕਰ ਤੁਸੀਂ ਧਿਆਨ ਨਾਲ ਦੇਖੋ ਤਾਂ ਤੁਹਾਨੂੰ ਦੋਨਾਂ ਦੇ ਵਿੱਚ ਫਰਕ ਨਜ਼ਰ ਆਵੇਗਾ। ਇਸ ਫੋਟੋ ਨੂੰ ਧਿਆਨ ਦੇ ਨਾਲ ਦੇਖੋ, ਇਸ ਦੇ ਵਿੱਚ ਇੱਕ ਚਿੜੀ ਨੇ ਸ਼ਾਰਕ ਮੱਛੀ ਨੂੰ ਫੜਿਆ ਹੈ ਅਤੇ ਸ਼ਾਰਕ ਮੱਛੀ ਨੇ ਇੱਕ ਛੋਟੀ ਜਿਹੀ ਮੱਛੀ ਨੂੰ ਫੜਿਆ ਹੋਇਆ ਹੈ। ਹੁਣ ਇੱਥੋਂ ਤੁਸੀਂ ਦੇਖ ਹੀ ਸਕਦੇ ਹੋ ਕਿ ਇਹ ਫੋਟੋ ਕਿੰਨੇ ਸਹੀ ਸਮੇਂ ਤੇ ਕਲੈਕਟ ਕੀਤੀ ਗਈ ਹੈ। ਚੰਦ ਧਰਤੀ ਦਾ ਕੁਦਰਤੀ ਸੈਟੇਲਾਈਟ ਹੈ ਜਿਹੜਾ ਕਿ ਬਹੁਤ ਜ਼ਿਆਦਾ ਠੰਡਾ ਹੈ, ਪਰ ਕੀ ਤੁਹਾਨੂੰ ਪਤਾ ਹੈ ਕਿ ਚੰਦ ਦੇ ਉੱਪਰ ਵੀ ਕਦੇ ਜਵਾਲਾਮੁਖੀ ਹੋਇਆ ਕਰਦੇ ਸਨ? 4.2 ਬਿਲੀਅਨ ਸਾਲ ਪਹਿਲਾਂ ਚੰਦ ਦੇ ਉੱਪਰ ਵੀ ਇੱਕ ਜਵਾਲਾਮੁਖੀ ਫਟਿਆ ਸੀ, ਪਰ ਅੱਜ ਦੇ ਸਮੇਂ ਚੰਦ ਦੇ ਉੱਪਰ ਇੱਕ ਵੀ ਐਕਟਿਵ ਵੋਲਕੀਨੋ ਯਾਨੀ ਕਿ ਜਵਾਲਾਮੁਖੀ ਨਹੀਂ ਹੈ। ਕੁਝ ਸਾਇੰਟਿਸਟਾਂ ਦਾ ਇਹ ਵੀ ਮੰਨਣਾ ਹੈ ਕਿ ਜਿਸ ਟਾਈਮ ਚੰਦ ਦੇ ਉੱਪਰ ਜਵਾਲਾਮੁਖੀ ਫਟਿਆ ਸੀ ਉਸ ਟਾਈਮ ਚੰਦ ਦੇ ਉੱਪਰ ਜੀਵਨ ਯਾਨੀ ਕਿ ਜ਼ਿੰਦਗੀ ਹੋਇਆ ਕਰਦੀ ਸੀ, ਪਰ ਇਹ ਗੱਲ ਦਾ ਅੱਜ ਤੱਕ ਕੋਈ ਪੱਕਾ ਸਬੂਤ ਨਹੀਂ ਮਿਲਿਆ ਹੈ। ਅੱਛਾ, ਇਹ ਬਹੁਤ ਲੋਕ ਨੇ ਜਿਨ੍ਹਾਂ ਨੂੰ ਇਕੱਲੇ ਰਹਿਣਾ ਪਸੰਦ ਹੈ, ਪਰ ਸ਼ਾਇਦ ਉਹਨਾਂ ਨੂੰ ਇਹ ਚੀਜ਼ ਨਹੀਂ ਪਤਾ ਕਿ ਇਕੱਲੇ ਰਹਿਣ ਦੇ ਨਾਲ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਦਾ ਹੈ। ਇਕੱਲੇ ਰਹਿਣ ਵਾਲੇ ਇਨਸਾਨ ਦੇ ਸਰੀਰ ਨੂੰ ਹਰ ਰੋਜ਼ ਇੰਨਾ ਜ਼ਿਆਦਾ ਨੁਕਸਾਨ ਪਹੁੰਚਦਾ ਹੈ ਜਿੰਨਾ ਨੁਕਸਾਨ ਲਗਾਤਾਰ ਦਿਨ ਦੇ ਵਿੱਚ 50 ਸਿਗਰਟਾਂ ਪੀਣ ਵਾਲੇ ਇਨਸਾਨ ਨੂੰ ਪਹੁੰਚਦਾ ਹੈ। ਜੇਕਰ ਕੋਈ ਤੁਹਾਨੂੰ ਅਜਿਹਾ ਇਨਸਾਨ ਮਿਲੇ ਜਿਸ ਨੂੰ ਇਕੱਲੇ ਰਹਿਣਾ ਪਸੰਦ ਹੈ ਤਾਂ ਉਸ ਨੂੰ ਇਹ ਗੱਲ ਜ਼ਰੂਰ ਦੱਸਿਓ।
यूएसए ਦੇ ਵਿੱਚ ਇੱਕ ਰੈਸਟੋਰੈਂਟ ਦੇ ਮਾਲਕ ਨੇ ਪਿਛਲੇ ਸਾਲ ਇਹ ਦੱਸਿਆ ਕਿ ਉਸ ਦੇ ਰੈਸਟੋਰੈਂਟ ਦੇ ਵਿੱਚ ਸਵੇਰ 4 ਵਜੇ ਇੱਕ ਚੋਰ ਆ ਗਿਆ ਸੀ ਪਰ ਉਸ ਭਲੇ ਇਨਸਾਨ ਨੇ ਚੋਰ ਨੂੰ ਪੁਲਿਸ ਦੇ ਹਵਾਲੇ ਕਰਨ ਦੀ ਜਗ੍ਹਾ ਤੇ ਆਪਣੇ ਰੈਸਟੋਰੈਂਟ ਦੇ ਵਿੱਚ ਨੌਕਰੀ ਦੇ ਦਿੱਤੀ ਤਾਂ ਕਿ ਉਹ ਆਪਣੇ ਪਰਿਵਾਰ ਦਾ ਪੇਟ ਪਾਲ ਸਕੇ ਅਜਿਹੇ ਲੋਕ ਦੁਨੀਆ ਦੇ ਵਿੱਚ ਬਹੁਤ ਘੱਟ ਬਚੇ ਹੋਏ ਨੇ ਜਿਹੜੇ ਕਿ ਅਜਿਹੇ ਮੌਕੇ ਤੇ ਇੰਨਾ ਨਰਮ ਐਕਸ਼ਨ ਲੈਣ ਚੋਰ ਤੇ ਜੇਲ੍ਹ ਨਾ ਜਾਣ ਕਰਕੇ ਚੋਰ ਅਤੇ ਉਸ ਦੇ ਪਰਿਵਾਰ ਦੀ ਜ਼ਿੰਦਗੀ ਬਰਬਾਦ ਹੋਣੋਂ ਬਚ ਗਈ ਇਹ ਫੋਟੋ ਸਾਊਦੀ ਅਰੇਬੀਆ ਦੇ ਇੱਕ ਪ੍ਰਿੰਸ ਦੀ ਹੈ ਜਿਹੜਾ ਕਿ ਪਿਛਲੇ 15 ਸਾਲਾਂ ਤੋਂ ਕੋਮਾ ਦੇ ਵਿੱਚ ਹੈ ਸਾਲ 2015 ਦੇ ਵਿੱਚ ਡਾਕਟਰਾਂ ਨੇ ਇਸ ਤੋਂ ਹਾਰ ਮੰਨ ਲਈ ਸੀ ਤੇ ਇਸ ਦੀਆਂ ਸਾਰੇ ਕਨੈਕਸ਼ਨ ਜਿਹੜੇ ਕਿ ਨਾਲੀਆਂ ਉਤਾਰਨ ਲੱਗੇ ਸਨ ਪਰ ਸਾਊਦੀ ਦੇ ਪ੍ਰਿੰਸ ਦੇ ਪਿਤਾ ਨੇ ਡਾਕਟਰਾਂ ਦੇ ਇਹ ਫੈਸਲੇ ਦਾ ਵਿਰੋਧ ਕੀਤਾ ਕਿਉਂਕਿ ਉਹਨਾਂ ਨੂੰ ਹਜੇ ਵੀ ਅਜਿਹਾ ਵਿਸ਼ਵਾਸ ਸੀ ਕਿ ਕੋਈ ਚਮਤਕਾਰ ਹੋਵੇਗਾ ਜਿਸ ਦੇ ਨਾਲ ਉਹਨਾਂ ਦਾ ਬੇਟਾ ਠੀਕ ਹੋ ਜਾਵੇਗਾ ਮਾਂ ਦੀ ਮਮਤਾ ਤਾਂ ਹਰ ਕਿਸੇ ਨੂੰ ਦਿਖਾਈ ਦਿੰਦੀ ਹੈ ਪਰ ਅਜਿਹੇ ਪਿਤਾ ਦਾ ਪਿਆਰ ਬਹੁਤ ਘੱਟ ਲੋਕਾਂ ਨੇ ਦੇਖਿਆ ਹੈ ਇਹ ਫੋਟੋ ਉਸੇ ਪਿਆਰ ਦੀ ਇੱਕ ਉਦਾਹਰਨ ਹੈ ਤੁਹਾਨੂੰ ਇਸ ਫੈਕਟ ਦੇ ਨਾਲ ਜਾਨਵਰਾਂ ਦੀ ਸਹਿਣ ਸ਼ਕਤੀ ਦਾ ਪਤਾ ਲੱਗੇਗਾ ਤੁਸੀਂ ਇਸ ਫੋਟੋ ਦੇ ਵਿੱਚ ਦੇਖੋ ਇਹ ਇੱਕ ਬਲਦ ਦੇ ਦੰਦ ਹਨ ਤੁਸੀਂ ਇਸ ਦੇ ਦੰਦਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਦੇ ਮਰਨ ਤੋਂ ਕਈ ਸਾਲ ਪਹਿਲਾਂ ਤੱਕ ਇਸ ਦੇ ਦੰਦਾਂ ਦੇ ਵਿੱਚ ਦਰਖਤ ਦੀ ਇੱਕ ਮੋਟੀ ਟਾਣੀ ਫਸੀ ਹੋਈ ਸੀ ਤੇ ਇਸ ਨੇ ਉਸ ਦੇ ਨਾਲ ਹੀ ਸਾਰੀ ਜ਼ਿੰਦਗੀ ਕੱਢ ਦਿੱਤੀ ਪਾਣੀ ਦੇ ਵਿੱਚ ਤਾਂ ਹਰ ਕੋਈ ਤੈਰ ਲੈਂਦਾ ਹੈ ਪਰ ਕੀ ਤੁਸੀਂ ਕਦੇ ਹੋਰ ਕਿਸੇ ਜਗ੍ਹਾ ਤੇ ਤੈਰਨ ਬਾਰੇ ਸੋਚਿਆ ਹੈ ਮਤਲਬ ਕਿ ਕਿਸੇ ਹੋਰ ਲਿਕੁਇਡ ਯਾਨੀ ਕਿ ਸ਼ਹਿਦ ਦੇ ਵਿੱਚ ਮਤਲਬ ਕੀ ਤੁਸੀਂ ਕਦੇ ਸੋਚਿਆ ਹੈ ਜੇਕਰ ਤੁਹਾਨੂੰ ਸ਼ਹਿਦ ਦੇ ਨਾਲ ਭਰੇ ਹੋਏ ਇੱਕ ਪੂਲ ਦੇ ਵਿੱਚ ਛੱਡ ਦਿੱਤਾ ਜਾਵੇ ਤਾਂ ਕੀ ਤੁਸੀਂ ਉਸ ਦੇ ਵਿੱਚ ਤੈਰ ਸਕੋਗੇ ਸ਼ਹਿਦ ਦੇ ਨਾਲ ਭਰੇ ਹੋਏ ਪੂਲ ਦੇ ਵਿੱਚ ਨਾ ਤਾਂ ਤੁਸੀਂ ਪੂਰੀ ਤਰ੍ਹਾਂ ਨਾਲ ਡੁੱਬ ਸਕੋਗੇ ਤੇ ਨਾ ਹੀ ਚੰਗੀ ਤਰ੍ਹਾਂ ਨਾਲ ਤੈਰ ਸਕੋਗੇ ਕਿਉਂਕਿ ਸ਼ਹਿਦ ਪਾਣੀ ਤੋਂ 36 ਗੁਣਾ ਜ਼ਿਆਦਾ ਚਿਪਚਿਪਾ ਹੁੰਦਾ ਹੈ ਮਤਲਬ ਕਿ ਅਸੀਂ ਜਿੰਨੀ ਆਸਾਨੀ ਦੇ ਨਾਲ ਪਾਣੀ ਵਿੱਚ ਤੈਰ ਸਕਦੇ ਹਾਂ ਸ਼ਹਿਦ ਦੇ ਵਿੱਚ ਉਨੀ ਆਸਾਨੀ ਨਾਲ ਨਹੀਂ ਤੈਰ ਸਕਾਂਗੇ ਤੇ ਰਹੀ ਗੱਲ ਡੁੱਬਣ ਦੀ ਕਿ ਸ਼ਹਿਦ ਇੰਨਾ ਗਾੜਾ ਹੁੰਦਾ ਹੈ ਕਿ ਤੁਸੀਂ ਉਸ ਦੇ ਵਿੱਚ ਡੁੱਬ ਵੀ ਨਹੀਂ ਸਕੋਗੇ ਕੀ ਤੁਸੀਂ ਕਦੇ ਸੋਚਿਆ ਹੈ ਕਿ ਅਫਰੀਕਾ ਦੇ ਲੋਕ ਕਾਲੇ ਹੁੰਦੇ ਨੇ ਯੂਰਪ ਦੇ ਲੋਕ ਗੋਰੇ ਹੁੰਦੇ ਨੇ ਤੇ ਇੰਡੀਆ ਦੇ ਲੋਕ ਸਾਵਲੇ ਕਿਉਂ ਹੁੰਦੇ ਨੇ ਤੇ ਪਰਮਾਤਮਾ ਨੇ ਸਾਨੂੰ ਬਣਾਉਂਦੇ ਸਮੇਂ ਅਜਿਹਾ ਭੇਦਭਾਵ ਕਿਉਂ ਕੀਤਾ ਹੈ ਤੁਸੀਂ ਸਾਰਿਆਂ ਨੇ ਅਜਿਹਾ ਕਿਤੇ ਨਾ ਕਿਤੇ ਜ਼ਰੂਰ ਸੋਚਿਆ ਹੋਵੇਗਾ ਪਰ ਅਜਿਹਾ ਬਿਲਕੁਲ ਵੀ ਨਹੀਂ ਹੈ ਪਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਇੱਕੋ ਜਿਹਾ ਬਣਾਇਆ ਹੈ ਪਰ ਅਸੀਂ ਜਿਸ ਥਾਂ ਰਹਿੰਦੇ ਹਾਂ ਉਸ ਥਾਂ ਦੇ ਕਾਰਨ ਲੋਕ ਗੋਰੇ ਅਤੇ ਕਾਲੇ ਪੈਦਾ ਹੁੰਦੇ ਨੇ ਮਤਲਬ ਕਿ ਜੇਕਰ ਅਸੀਂ ਅਜਿਹੇ ਦੇਸ਼ ਦੇ ਵਿੱਚ ਰਹਿੰਦੇ ਹਾਂ ਜਿੱਥੇ ਗਰਮੀ ਜ਼ਿਆਦਾ ਹੈ ਤਾਂ ਸਾਡਾ ਰੰਗ ਕਾਲਾ ਹੋਵੇਗਾ ਤੇ ਜੇਕਰ ਅਸੀਂ ਅਜਿਹੇ ਦੇਸ਼ ਦੇ ਵਿੱਚ ਰਹਿੰਦੇ ਹਾਂ ਜਿੱਥੇ ਠੰਡ ਬਹੁਤ ਜ਼ਿਆਦਾ ਹੈ ਤਾਂ ਕੁਦਰਤੀ ਸਾਡਾ ਰੰਗ ਗੋਰਾ ਹੋਵੇਗਾ ਸਾਡੀ ਸਕਿਨ ਦੇ ਅੰਦਰ ਇੱਕ ਗਲੈਂਡ ਹੁੰਦਾ ਹੈ ਜਿਸ ਨੂੰ ਮੈਲੇਨਿਨ ਕਿਹਾ ਜਾਂਦਾ ਹੈ ਇਸ ਦੇ ਅੰਦਰ ਦੋ ਤਰ੍ਹਾਂ ਦੇ ਮੈਲੇਨਿਨ ਹੁੰਦੇ ਹਨ ਯੂਬ ਮੈਲੇਨਿਨ ਅਤੇ ਫੋਰ ਮੈਲੇਨਿਨ ਯੂਬ ਮੈਲੇਨਿਨ ਸਾਨੂੰ ਕਾਲਾ ਤੇ ਸਾਵਲਾ ਰੰਗ ਦਿੰਦਾ ਹੈ ਤੇ ਫੋਰ ਮੈਲੇਨਿਨ ਗੋਰਾ ਰੰਗ ਦਿੰਦਾ ਹੈ ਜਿਹੜੇ ਲੋਕ ਗਰਮ ਥਾਵਾਂ ਤੇ ਰਹਿੰਦੇ ਨੇ ਉਹਨਾਂ ਦੇ ਵਿੱਚ ਯੂਬ ਮੈਲੇਨਿਨ ਦੀ ਸੰਖਿਆ ਬਹੁਤ ਜ਼ਿਆਦਾ ਹੁੰਦੀ ਹੈ ਤੇ ਠੰਡੀਆਂ ਥਾਵਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਵਿੱਚ ਫੋਰ ਮੈਲੇਨਿਨ ਜ਼ਿਆਦਾ ਹੁੰਦਾ ਹੈ ਇਹ ਫੈਕਟ ਦੇ ਨਾਲ ਇੱਕ ਹੋਰ ਕਹਾਵਤ ਵੀ ਸਮਝ ਆ ਜਾਂਦੀ ਹੈ ਕਿ ਜੈਸਾ ਦੇਸ਼ ਵੈਸਾ ਵੇਸ ਇਹ ਸਾਂਝੀ ਜਿਸ ਦੁਨੀਆ ਦੇ ਵਿੱਚ ਆਪਾਂ ਰਹਿੰਦੇ ਉਸ ਦੇ ਬਾਰੇ ਕੁਝ ਰੌਚਕ ਤੱਤ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਸਾਡੇ ਫੇਸਬੁੱਕ ਚੈਨਲ ਜੋਟੀਵੀ ਨੂੰ ਜ਼ਰੂਰ ਫੋਲੋ ਕਰਨਾ ਧੰਨਵਾਦ